ਹਾਂਜੀ ਕੀ ਨਾਮ ਤੁਹਾਡਾ ਜੀ? ਜਤਿੰਦਰ ਕੁਮਾਰ ਜੀ। ਪਿੰਡ ਜੀ? ਚੱਕ ਮੀਰਪੁਰ ਜੀ। ਅੱਛਾ, ਕੀ ਘਟਨਾ ਰਾਤ ਕੀ ਘਟਨਾ ਹੋਈ ਸੀ? ਰਾਤ ਮੈਂ ਝੋਨਾ ਸੁੱਟ ਕੇ ਆਇਆ ਸੀ ਮੰਡੀ, ਤੇ ਬੜੀ ਤੇਜ਼ ਰਫ਼ਤਾਰ ਨਾਲ ਪਿੱਛੋਂ ਟਿੱਪਰ ਆਇਆ ਤੇ ਮੇਰੇ ਪਿੱਛੇ ਮਾਰਤਾ ਉਹਨੂੰ। ਤੇ ਜਿਹੜਾ ਤੇਜ਼ ਰਫ਼ਤਾਰ ਟਿੱਪਰ ਆਇਆ, ਇਹ ਘਟਨਾ ਹੋਈ ਜਗ੍ਹਾ ਕਿਹੜੀ ਸੀ ਤੁਹਾਡੇ ਕੋਲ? ਇਹ ਹਾਈਪਰ ਸ਼ਮਸ਼ਾਨ ਘਾਟ ਦੇ ਪਿੱਛੇ ਕਰਕੇ। ਹਾਂਜੀ। ਤੇ ਉੱਥੇ ਉਹਨੂੰ ਪਿੱਛੇ ਟਿੱਪਰ ਮਾਰ ਕੇ ਤੇ ਮੇਰਾ ਟਰੈਕਟਰ ਥੱਲੇ ਸਿੱਟਤਾ, ਤੇ ਮੇਰੇ ਜਾਨੀ ਨੁਕਸਾਨ ਤੇ ਨਹੀਂ, ਬਾਕੀ ਇਹ ਸਿਰ 'ਚ ਸੱਟਾਂ ਲੱਗੀਆਂ, ਅੱਖ 'ਚ ਤੇ ਪੈਰ ਟੁੱਟਿਆ, ਤੇ ਬਾਕੀ ਇਹ ਸਾਰੇ ਲੱਕ ਲੁੱਕ 'ਚ ਸੱਟਾਂ ਲੱਗੀਆਂ ਹੈ। ਤੇ ਮੇਰਾ ਟਰੈਕਟਰ ਭੱਜਿਆ ਤੇ ਆਪ ਉਹ ਮੈਨੂੰ ਮਾਰ ਕੇ ਭੱਜ ਗਿਆ, ਤੇ ਮੇਰਾ ਇਹ ਇਨਸਾਫ ਕੀਤਾ ਜਾਏ। ਕੀ ਤਾਂ ਹੁਣ ਮੰਗ ਕੀ ਕਰਦੇ ਹੋ? ਮੰਗ ਮੇਰਾ ਇਹ ਇਨਸਾਫ ਸਰ ਕੀਤਾ ਜਾਏ। ਹਾਂਜੀ, ਕੀ ਨਾਮ ਤੁਹਾਡਾ ਜੀ? ਨਿਸ਼ਾ ਦੇਵੀ। ਹਾਂਜੀ, ਕਿਹੜੀ ਗੱਲ? ਇਹ ਹਾਂਜੀ ਸਰ, ਰਾਜ ਐਕਸੀਡੈਂਟ ਹੋਇਆ, ਕੀ ਘਟਨਾ ਸੀ? ਕੀ ਰਾਤ ਘਟਨਾ ਆਈ ਵੀ ਅਸੀਂ ਰੋਟੀ ਪਾਣ ਚੱਲੇ ਲਫਾਫੇ ਦੇ ਵਿੱਚ, ਗਾਈਆਂ ਹੁੰਦੀਆਂ ਉੱਧਰ ਬੈਠੀਆਂ, ਗਾਈਆਂ ਰੋਟੀ ਪਾ ਕੇ ਅਸੀਂ ਵਾਪਸੀ ਆਏ, ਉੱਥੇ ਟਰੈਕਟਰ ਹੀ ਖੜਾ, ਟਰੈਲੀ ਸੀਗੀ ਉੱਥੇ, ਭਾਈ ਵਿੱਚ ਫੋਨ ਕਰਦਾ ਪਿਆ ਸੀ, ਉਹ ਟਰੈਲੀ ਚੱਲਦੀ ਨਹੀਂ ਪਈ, ਖੜੀ ਸੀਗੀ, ਅਸੀਂ ਸਾਈਡ 'ਤੇ ਖੜੇ ਹੋ ਗਏ। ਅਤੇ ਜਦੋਂ ਅਸੀਂ ਖੜੇ, ਮੈਂ ਕਿਹਾ ਚਲੋ ਗੱਡੀ ਲੰਘਦੀ ਆ ਅਤੇ ਫਿਰ ਅਸੀਂ ਵਾਪਸ ਕਰਨ ਜਾਂਦੇ ਹਾਂ। ਜਦੋਂ ਅਸੀਂ ਉੱਥੇ ਖੜੇ, ਉਹਨਾਂ ਦਾ ਟਿੱਪਰ ਆਇਆ, ਪੂਰੇ ਦਾ ਪੂਰਾ ਉਹਦੇ ਵਿੱਚ ਮਾਰਤਾ ਟਰੈਲੀ 'ਤੇ, ਅਤੇ ਟਰੈਲੀ ਨੇ ਸਾਨੂੰ ਚੱਕ ਕੇ ਮਾਰਿਆ, ਪਰੇ ਸਾਨੂੰ ਕੋਈ ਹੋਸ਼ ਨਹੀਂ, ਕੋਈ ਨਹੀਂ ਸਾਨੂੰ ਸੀਗੀ। ਫਰਾਰ ਹੀ ਹੋ ਗਿਆ, ਪਤਾ ਨੀ ਦੌੜ ਗਿਆ, ਪਤਾ ਨੀ ਕਿੱਥੇ ਆ। ਸਾਨੂੰ ਫਿਰ ਫੋਨ ਕੀਤਾ, ਗੱਡੀ ਵਾਲੇ ਜਿਹੜੇ ਹੁੰਦੇ ਆ ਹੋਸਪਿਟਲ ਵਾਲੇ, ਉਹਨਾਂ ਨੇ ਸਾਨੂੰ ਚੱਕ ਕੇ ਖੜਿਆ ਹੋਸਪਿਟਲ, ਉੱਥੇ ਅਸੀਂ 11 ਵਜੇ ਆਏ, ਟੀਕੇ ਟੂਕੇ ਲਾਏ, ਸਾਡੇ ਪੱਟੀਆਂ ਪੁੱਟੀਆਂ ਕੀਤੀਆਂ। ਮੇਰਾ ਨਾਮ ਮਮਤਾ ਹੈ ਜੀ, ਪਿੰਡ ਹਾਜੀਪੁਰ। ਰਾਤ ਅਸੀਂ ਰੋਟੀ ਪਾਣ ਜਾਂਦੇ ਪਏ ਸੀ ਗਊ ਮਾਤਾ ਨੂੰ, ਤੋ ਰਸਤੇ ਟਰਾਲੀ ਖੜੀ ਸੀਗੀ, ਤੇ ਪਿੱਛੋਂ ਆ ਕੇ ਟਿੱਪਰ ਵੱਜਿਆ, ਟਰਾਲੀ ਸਾਡੇ ਵਿੱਚ ਵੱਜੀ, ਸਾਨੂੰ ਨੀ ਪਤਾ ਕਿੱਥੇ ਡਿੱਗੇ ਕਿੱਥੇ ਨਹੀਂ ਅਸੀਂ, ਤੇ ਨਾ ਸਾਨੂੰ ਕੋਈ ਹੋਰ ਸੀਗੀ। ਫਿਰ ਬਾਅਦ ਚ ਐਂਬੂਲੈਂਸ ਆਈ, ਸਾਨੂੰ ਹੋਸਪਿਟਲ ਲੈ ਕੇ ਗਏ ਸੀ, ਤੇ ਫਿਰ ਅਸੀਂ ਰਾਤੀ 12-1 ਵਜੇ ਘਰੇ ਆਏ ਨੇ, ਤੇ ਮਾੜੀ ਮੋਟੀ ਦਵਾਈ ਲੈ ਲਈ ਸੀਗੀ। ਟਿੱਪਰ ਮੁਕੇਰੀ ਵਾਲੀ ਸਾਈਡ ਤੋਂ ਆਉਂਦਾ ਪਿਆ ਸੀ ਟਿੱਪਰ, ਟਿੱਪਰ ਸਿੱਧੇ ਟਰਾਲੀ ਵਿੱਚ ਵੱਜਿਆ, ਟਰਾਲੀ ਸਗੋਂ ਸਾਡੇ ਵਿੱਚ ਵੱਜੀ, ਸਾਨੂੰ ਨੀ ਪਤਾ ਅਸੀਂ ਕਿੱਥੇ ਡਿੱਗੇ ਕਿੱਥੇ ਨਹੀਂ ਡਿੱਗੇ ਅਸੀਂ। ਟਿੱਪਰ ਸਪੀਡ ਜ਼ਿਆਦਾ? ਹਾਂਜੀ, ਜ਼ਿਆਦਾ ਸਪੀਡ 'ਚ ਸੀਗੇ ਉਹਨੇ। ਸਰ, ਇੱਕ ਰਾਤ ਨਾ ਹਾਜੀਪੁਰ ਸ਼ਮਸ਼ਾਨ ਘਾਟ ਦੇ ਕੋਲ ਇੱਕ ਐਕਸੀਡੈਂਟ ਹੋਇਆ ਹੈ, ਇਹ ਕੀ ਆਪਣਾ ਮਾਮਲਾ ਜੀ? ਇਹ ਸਰ ਮਾਮਲਾ ਹੈਗਾ ਕਿ ਰਾਤ 9:30 ਦੇ ਕਰੀਬ ਕਨਫਰਮੇਸ਼ਨ ਆਈ ਹੈ ਥਾਣੇ, ਨਿੱਕੀ ਘੱਟ ਮੋੜ 'ਤੇ ਐਕਸੀਡੈਂਟ ਹੋਇਆ ਹੈ। ਟਰੈਕਟਰ ਟਰਾਲੀ ਲੈ ਕੇ, ਟਰੈਕਟਰ ਟਰਾਲੀ ਖੜੀ ਸੀ ਅਤੇ ਉੱਥੇ ਪਿੱਛੋਂ ਤੇਜ਼ ਰਫ਼ਤਾਰ ਟਰੱਕ ਆਇਆ ਹੈ, ਉਹਨੇ ਪਿੱਛੋਂ ਟੱਕਰ ਮਾਰੀ ਉਹਨੂੰ, ਟਰੱਕ ਬੇਕਾਬੂ ਹੋ ਗਿਆ। ਟਰੱਕ ਬੇਕਾਬੂ ਹੋਣ ਤੋਂ ਬਾਅਦ ਸੜਕ ਦੇ ਕਿਨਾਰੇ 'ਤੇ ਖੱਡਿਆਂ ਵਿੱਚ ਜਾ ਡਿੱਗਿਆ, ਦੋਨੇ ਚਾਲਕ ਜੋ ਜਾਨੀ ਨੁਕਸਾਨ ਕੋਈ ਨਹੀਂ ਹੈ, ਟਰੱਕ ਦਾ ਅਤੇ ਟਰੈਕਟਰ ਦਾ ਨੁਕਸਾਨ ਹੋਇਆ ਹੈ, ਅਤੇ ਬਾਕੀ ਅਗਲੀ ਕਾਰਵਾਈ ਹੁਣ ਅਮਲ 'ਚ ਲਿਆਂਦੀ ਜਾ ਰਹੀ ਹੈ।